ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਬੀਰ ਕਾਰਨ ਬਪਰਾ ਕਿਆ ਕਰੈ, ਜੋ ਰਾਮ ਨ ਕਰੈ ਸਹਾਇ, ਜਿਹੇ ਜਿਹੇ ਡਾਲੀ ਪਗ ਧਰੋ, ਸੋਈ ਮੁਰ ਮੁਰ ਜਾਏ। ਕਬੀਰ ਅਵਰ ਹੈ ਕੋ ਉਪਦੇਸ਼ ਤੇ, ਮੁਖ ਮੈਂ ਪਰ ਹੈ ਰੇਤ, ਰਾਸ ਬਿਰਾਨੀ ਰਾਖ ਤੇ, ਖੇਤ ਕਬੀਰ ਸਾਧੂ ਕੀ ਸੰਗਤ ਰਹਾ, ਜੋ ਕੀ ਭੂਸੀ ਖਾਓ, ਹੋਨ ਹਾਰ ਸੋ ਹੋਏ ਹੈ, ਸਾਗਤ ਸੰਗ ਨ ਜਾ। ਕਬੀਰ ਸੰਗਤ ਸਾਧਕੀ, ਦਿਨ ਦਿਨ ਦੂਨਾ ਹੇਤ, ਸਾਧਕਾਰੀ ਕੰਬਰੀ, ਧੋਏ ਹੋਏ ਨਾ ਸੇਤ। ਕਬੀਰ ਮਨ ਮੁੰਡਿਆ ਨਹੀਂ, ਕੇਸ ਮੁੰਡਾਏ ਕਾਏ, ਕੇਸ ਮੁੰਡਾਏ ਕਾਏ, ਜੋ ਕੁਛ ਕੀਆ ਸੋ ਮਨ ਕੀਆ, ਮੁੰਡਾ ਮੁੰਡ ਅਜਾਏ। ਕਬੀਰ ਰਾਮ ਨ ਛੋੜੀਏ, ਤਨ ਤਨ ਜਾਏ ਤਾਂ ਜਾਓ, ਚਰਨ ਕਮਲ ਚਿਤ ਬੇਧਿਆ, ਰਾਮ ਨਾਮ ਸਮਾਓ। ਕਬੀਰ ਜੋ ਹਮ ਜੰਤ ਬਜਾਵਤੇ, ਟੂਟ ਗਈ ਸਭ ਤਾਰ, ਜੰਤ ਵਿਚਾਰਾ ਕਿਆ ਕਰੇ,
चले बजावन हार। कबीर माए मुंडों ते गुरु की, जाते परम न जाए, आप डुबे चहो वेद में, चेले दिए बहाए। कबीर जेते पाप किए, राखे तले दुराए, परगट पे निदान सब जब पूछे धर्म रा, कबीर हर का सिमरन छाड़ के पालियो बहुत कुटम, तंदा करता रह गया पाई रहा न बंध, तंदा करता रह गया पाई रहे न बंध। कबीर हर का सिमरन छाड़ के रात जगाम न जाए, सरपन होए के जाए अपने खाए। कबीर हर का सिमरन छाड़ के अहोई राखे नार, गद ही होए के उतरे पार सहे मन चार। कबीर चतुराई अत कनी, हार जप हृदय माहे, सूरी ऊपर खेलना गिरे तठा हर नाहे, गिरे तठा हर नाहे। कबीर सोई मुख तन है, जा मुख कहिए राम,
जिसकी बापुरी। पवित्र होए गोग्राम कबीर, सोई कुल पली जा कुल हर को दास, जेह कुल दास न उपजे सो कुल टाक बलास। कबीर है गए बाहन सघन घन, लाख तजा फहराए लाख तजा फहराए, या सुख ते पिखिया पली जो हर सिमरत दिन जाहे। कबीर सब जग हाँ फिरियो, मंदल कंद चढ़ाए कोई काहू को नहीं, सब देखी ठोक बजाए, सब देखी ठोक बजाए। मार्ग मोती बिथरे अंदानिक से आए, जोत बिना जगदीश की जगत उलंगे जाए। बूढ़ा वंश कबीर का उपजियो पूत कमा, हर का सिमरन छाड़ के हर का सिमरन छाड़ के कर ले आया माल। कबीर साधु को मिलने जाइए, साथ न लीजे कोई पाछे पाओ न दीजिए, आगे होए सो होए। कबीर जग बंधियो जेह जेवरी, तेह मत बंद हो कबीर, जय है आटा लोन जो सोन समान शरीर। कबीर हंस उड्डियो तन गाड़ियो, कबीर हंस उड्डियो
ਦਿਓ ਸੋਝਾਈ ਸੈਨਾ ਅਜ ਹੋ ਜਿਉ ਨ ਛੋਡਈ ਰੰਕਾਈ ਨੈਣਾ ਕਬੀਰ ਨੈਣ ਨਿਹਾਰੋ ਤੁਝਕੋ ਸਰਵਨ ਸੁਨੋ ਤੋ ਨਾਉ ਬੈਨ ਉਚਰੋ ਤੋ ਨਾਮ ਜੀ ਚਰਨ ਕਮਲ ਰਿਤ ਠਾਓ ਕਬੀਰ ਸੁਰਗ ਨਰਕ ਤੇ ਮੈਂ ਰਹਿਓ ਸਤਿਗੁਰ ਕੀ ਪ੍ਰਸਾਦ ਚਰਨ ਕਮਲ ਕੀ ਮੌਜ ਮਹਿ ਰਹੋ ਅੰਤ ਅਰ ਆਦ ਕਬੀਰ ਚਰਨ ਕਮਲ ਕੀ ਮੌਜ ਕੋ ਕਹ ਕੈਸੇ ਉਨਮਾਨ ਕਹਿਬੇ ਕੋ ਸੋਭਾ ਨਹੀਂ ਦੇਖਾਹੀ ਪਰਵਾਨ ਕਬੀਰ ਦੇਖ ਕੈ ਕਿਹ ਕਹੋ ਪਤੀਆ ਹਰ ਜੈਸਾ ਤੈਸਾ ਉਹੀ ਰਹੋ ਹਰਖ ਗੁਣ ਗਾਏ ਕਬੀਰ ਚੁਗੈ ਚਿਤਾਰੈ ਪੀ ਚੁਗੈ ਚੁਗ ਚੁਗ ਚਿਤਾਰੇ ਜੈਸੇ ਬਚ ਰਹਿ ਪੂੰਜ ਮਨ ਮਾਇਆ ਮਮਤਾਰੇ ਜੈਸੇ ਬਚ ਰਹਿ ਪੂੰਜ ਮਨ ਮਾਇਆ ਮਮਤਾਰੇ ਕਬੀਰ ਅੰਬਰ ਕਨ ਹਰ ਛਾਇਆ ਬਰਖ ਭਰੇ ਸਰਤਾਲ ਚਾਤ੍ਰਿਕ ਜਿਉਂ ਤਰਸਤ ਰਹਿ ਤਿਨ ਕੋ ਕੌਣ ਹਵਾ ਕਬੀਰ ਚਕਈ ਜੋਨਿਸ ਬਿਛੜੇ ਆਏ ਮਿਲੇ ਪ੍ਰਭਾਤ ਜੋ ਨਰ ਬਿਛੜੇ ਰਾਮ ਸਿਓ ਕਬੀਰ ਰਹਿ ਨਾਇਰ ਬਿਛੋੜਿਆ ਰਹੋ ਰੇ ਸੰਖ ਮਜੂਰ ਦੇਵਲ ਦੇਵਲ ਤਾਹੜੀ ਦੇ ਸਹਿ ਉਗਵਤ ਸੂਰ ਕਬੀਰ ਸੂਤਾ ਕਿਆ ਕਰਹਿ
ਸੋ ਕਿਉਂ ਪਾਵੇ ਸੁਖ ਕਬੀਰ ਸੁਤਾ ਕਿਆ ਕਰ ਹੈ ਉੱਠ ਕੇ ਨ ਜਪ ਹੈ ਮੁਰਾਰ ਇੱਕ ਦਿਨ ਸੋਵਨ ਹੋਏ ਲੰਬੇ ਗੋਡ ਪਸਾਰ ਕਬੀਰ ਸੁਤਾ ਕਿਆ ਕਰ ਹੈ ਬੈਠਾ ਰਹੋ ਅਰ ਜਾ ਸੰਗ ਤੇ ਬਿਛੜਾ ਤਾਹੀ ਕੇ ਸੰਗ ਲਾਗ ਕਬੀਰ ਸੰਤ ਕੀ ਗੈਲ ਨਾ ਛੋਡੀਐ ਮਾਰਗ ਲਾਗਾ ਜਪੀਏ ਨਾ ਕਬੀਰ ਸਾਖਤ ਸੰਗ ਨ ਕੀਜੀਏ ਦੂਰ ਹੈ ਜਾਈਏ ਭਾ ਸੀਏ ਤੋਂ ਕਛ ਲਾਗੇ ਦਾਗ ਕਬੀਰਾ ਰਾਮ ਨ ਚੇਤਿਓ ਜਰਾ ਪਹੁੰਚਿਓ ਆਏ ਲਾਗੀ ਮੰਦਰ ਦੁਆਰ ਤੇ ਅਬ ਕਿਆ ਕਾਢਿਆ ਜਾਏ ਲਾਗੀ ਮੰਦਰ ਦੁਆਰ ਤੇ ਅਬ ਕਿਆ ਕਾਢਿਆ ਜਾਏ ਕਬੀਰ ਕਾਰਨ ਸੋ ਪਇਓ ਜੋ ਕੀਨੋ ਕਰਤਾਰ ਤਿਸ ਬਿਨ ਦੂਸਰ ਕੋ ਨਹੀਂ ਏਕੈ ਸਿਰਜਨਹਾਰ ਤਿਸ ਬਿਨ ਦੂਸਰ ਕੋ ਨਹੀਂ ਏਕੈ ਸਿਰਜਨਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀਓ, ਤੁਸੀਂ ਹਾਜ਼ਰ ਹਜ਼ੂਰ ਹੋ, ਸਰਬ ਕਲਾ ਭਰਪੂਰ ਹੋ, ਕਲ ਯੁਗ ਕੇ ਪੋਹਿਤ ਹੋ, ਨਾਮ ਕੇ ਜਹਾਜ ਹੋ। ਭਗਤ ਕਬੀਰ ਜੀ ਦੇ ਸਲੋਕ ਪੜ੍ਹਦੇ ਹਾਂ, 133 ਅੰਗ ਤੱਕ ਸਲੋਕ ਪੜ੍ਹੇ ਹਨ, 96 ਤੋਂ ਲੈ ਕੇ 97 ਤੋਂ 133 ਅੰਗ ਤੱਕ ਬੇਅੰਤ ਲਗ ਮਾਤਰਾ
ਤੁਕ ਲਾ ਕਰਨਾ ਅੱਗੇ ਪਿੱਛੇ ਪੜਿਆ ਜਾਂਦਾ ਹੈ। ਤੁਸੀਂ ਸਾਡੇ ਸਤਿਗੁਰੂ ਹੋ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ, ਦਿਲਬਾਗ ਸਿੰਘ ਦਾਸ ਨੂੰ, ਸੇਵਕ ਨੂੰ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ, ਖਿਮਾ ਕਰ ਦੇਣਾ, ਅੱਗੇ ਤੋਂ ਸੁਮਤੀ ਬਖਸ਼ਿਸ਼ ਕਰਨੀ, ਸੁਧ ਪਾਵਨ ਗੁਰਬਾਣੀ ਪੜ੍ਹਨ ਦਾ ਬਲ, ਬੁੱਧ ਸਮਰੱਥਾ ਬਖਸ਼ਿਸ਼ ਕਰਨੀ। ਜਿਨ੍ਹਾਂ ਸੰਗਤਾਂ ਨੇ ਸਰਵਣ ਕੀਤੇ ਹਨ ਭਗਤ ਕਬੀਰ ਜੀ ਦੇ ਸਲੋਕ, ਬੜਾ ਗਿਆਨ ਹੈ ਇਹਨਾਂ ਸਲੋਕਾਂ ਦੇ ਵਿੱਚ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਪਾਵਨ ਗੁਰਬਾਣੀ ਹੈ ਭਗਤ ਕਬੀਰ ਜੀ ਦੇ ਸਲੋਕ। ਸੰਗਤਾਂ ਵਿੱਚ ਵਾਹਿਗੁਰੂ ਵਸਦੇ ਹਨ, ਵਿੱਚ ਸੰਗਤ ਹਰ ਪ੍ਰਭ ਵਸੇ ਜੀਓ। ਆਪ ਜੀ ਦੀ ਦਾਸ ਦੀਆਂ ਗਲਤੀਆਂ ਨਾ ਚਿਤਾਰਨਾ, ਦਾਸ ਨੂੰ ਖਿਮਾ ਕਰ ਦੇਣਾ, ਅਰਦਾਸ ਕਰਨੀ ਸਤਿਗੁਰੂ ਜੀ ਅੱਗੇ ਤੋਂ ਸੁਮਤੀ ਬਖਸ਼ਿਸ਼ ਕਰਨਾ, ਇਹ ਗੁਰਬਾਣੀ ਆਪ ਜੀ ਨੇ ਗੁਰਬਾਣੀ ਵਿਚਾਰ ਲੀਡਸ ਯੋਗੇ ਤੋਂ ਸਰਵਣ ਕੀਤੀ ਹੈ। ਇਹ ਸਾਰੀ ਸੇਵਾ ਪਵਿੱਤਰ ਗੁਰਬਾਣੀ ਦੀ ਯੂਟਿਊਬ ਨੇ ਕੀਤੀ ਹੈ, ਜੋ ਆਪ ਸੰਗਤਾਂ ਸਰਵਣ ਕਰ ਰਹੇ ਹੋ। ਅਰਦਾਸ ਹੈ ਅਕਾਲ ਪੁਰਖ ਜੀ ਦੇ ਚਰਨਾਂ ਵਿੱਚ, ਜਿੰਨੇ ਵੀ ਸੇਵਕ ਯੂਟਿਊਬ ਤੇ ਕੰਮ ਕਰਦੇ ਹਨ, ਜੋ ਗੁਰਬਾਣੀ ਨੂੰ ਸੋਹਣੇ ਤਰੀਕੇ ਦੇ ਨਾਲ ਸੰਗਤ ਤੱਕ ਪਹੁੰਚਾਉਣ ਦੀ ਸੇਵਾ ਕਰਦੇ ਹਨ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ, ਅਕਾਲ ਪੁਰਖ ਵਾਹਿਗੁਰੂ ਜੀ, ਯੂਟਿਊਬ ਵਾਲੇ ਸਾਰੇ ਸੇਵਾਦਾਰਾਂ ਦੀ ਸੇਵਾ ਆਪਣੇ ਦਰ ਤੇ ਪ੍ਰਵਾਨ ਕਰ ਲੈਣ ਦੀ ਕਿਰਪਾਲਤਾ ਕਰਨ। ਦੁਨੀਆਂ ਮੁੱਕ ਮੁੱਕ ਆ ਜਾਵੇਗੀ, ਦੁਨੀਆਂ ਦੇ ਬਲੈਕ ਬੋਰਡ ਤੋਂ ਸਾਰਾ ਕੁਝ ਮਿਟ ਜਾਵੇਗਾ, ਜਿਤਨੇ ਅੱਖਰ ਹਨ ਸਭ ਖਤਮ ਹੋ ਜਾਣਗੇ, ਇੱਕ ਅੱਖਰ ਰਹਿ ਜਾਏਗਾ, ਸਤਨਾਮ ਸ੍ਰੀ ਵਾਹਿਗੁਰੂ, ਅਕਾਲ ਪੁਰਖ ਜੀ ਦਾ ਨਾਮ ਰਹਿ ਜਾਵੇਗਾ। ਉਹ ਸੇਵਾ ਕਰ ਰਹੇ ਹਨ ਯੂਟਿਊਬ ਵਾਲੇ, ਜਿਹੜੇ ਵਿਛੜੇ ਹੋਏ ਮਨ ਹਨ ਕੰਮਾਂ ਕਾਰਾਂ ਤੋਂ, ਘਰ ਜਾ ਕੇ ਘਰਾਂ ਵਿੱਚ ਵਾਈਫਾਈ ਲੱਗੇ ਹੁੰਦੇ ਹਨ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਪਾਵਨ ਗੁਰਬਾਣੀ ਨੂੰ ਲੱਭਦੇ ਹਨ ਯੂਟਿਊਬ ਤੋਂ, ਜਿੱਥੇ ਮਨ ਟਿਕ ਜਾਂਦਾ ਹੈ ਉਹਨੂੰ ਇਹਨਾਂ ਕੰਨਾਂ ਦੇ ਨਾਲ ਸਰਵਣ ਕਰਦੇ ਹਨ, ਤੇ ਉਹ ਤਾਂ ਹੀ ਉਹ ਸਰਵਣ ਕਰਦੇ ਹਨ ਜੇ ਯੂਟਿਊਬ ਦੀ ਟੀਮ, ਜਿੰਨੇ ਵੀ ਯੂਟਿਊਬ ਤੇ ਇਹ ਸੇਵਾ ਕਰਦੇ ਹਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਗੁਰਬਾਣੀ ਦੀ, ਉਹ ਸੰਗਤਾਂ ਤੱਕ ਪਹੁੰਚਾਉਂਦੇ ਹਨ, ਤਾਂ ਸਾਡਾ ਮਨ ਜੁੜਦਾ ਹੈ ਵਿਛੜਿਆ ਹੋਇਆਂ ਦਾ, ਨਹੀਂ ਤਾਂ ਸਤਿਗੁਰ ਤੇ ਵਿਛੜੇ ਤੇ ਨਹੀਂ ਦੁੱਖ ਪਾਇਆ। ਯੂਟਿਊਬ ਤੇ ਚਲੇ ਜਾਇਆ ਕਰੋ, ਗੁਰਬਾਣੀ ਵਿਚਾਰ ਲੀਡਸ ਯੂਕੇ ਲਿਖ ਦਿਆ ਕਰੋ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚੋਂ ਬੇਅੰਤ ਪਵਿੱਤਰ ਪਾਵਨ ਗੁਰਬਾਣੀ ਵੱਖ 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 ਜਗ੍ਹਾ ਤੇ ਵੱਖ ਵੱਖ ਢੰਗ ਨਾਲ ਬੰਦੇ ਨੂੰ, ਬੰਦੀ ਨੂੰ ਉਪਦੇਸ਼ ਕਰਦੀ ਹੈ ਕਿ ਨਾਮ ਜਪੋ, ਕੁਝ ਨਹੀਂ ਰਹੇਗਾ ਦੁਨੀਆਂ ਤੇ ਬਿਨਾਂ ਅਕਾਲ ਪੁਰਖ ਜੀ ਦੇ ਨਾਮ ਤੋਂ, ਜਿਵੇਂ ਭਗਤ ਕਬੀਰ ਜੀ ਵੀ ਹੁਣ ਫਰਮਾ ਗਏ ਹਨ, ਬਿਨਾਂ ਸਿਮਰਨ ਤੋਂ, ਬਿਨਾਂ ਕਰਤਾਰ ਤੋਂ, ਬਿਨਾਂ ਵਾਹਿਗੁਰੂ ਤੋਂ ਕੁਝ ਵੀ ਪੱਲੇ ਨਾ ਰਹੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।